जय श्री राम, जय श्री राम। इस वीडियो ते आई चुके हो तो मैं एक छोटी जी रिक्वेस्ट करांगा कि एक तो सब तो पहला जय श्री राम जय शंकर कमेंट जरूर लिखियो। दूसरी गल चैनल नूं सबसक्राइब करना ना भुल्यो। इदां दीआं होर वीडियोज आप लैके आते रहांगे। हुशियारपुर के स्ट्रीट फूड नूं आप प्रमोट कर रहे हैं, ठीक है जी। जे तुसीं अजे तक नई वीडियोज देखियां साडे हुशियारपुर स्ट्रीट फूड दीआं, सो साडा चैनल ते जाओ। 1 2 3 4 5 6 7 8 वीडियो जिन्निया तुहाडा मन करदा सारियां दी सारियां देखो और इंजॉय करो वीडियोज नू, ठीक है जी। धन्नवाद। और वीडियो नू इस वीडियो नू पूरा इंजॉय करो टिल एंड। बहुत कुछ हैगा इस वीडियो दे विच देखण वाला और बहुत इंट्रस्टिंग है। खुद तुहानू भी मजा आएगा, मैनू तो शूट करते हुए मजा आया ही आया, एडिटिंग करते हुए मजा आया। सो वॉच टिल एंड। हमारे बीच हमारे बहुत ही साथियों के महत्व जी अपने श्री रामकृष्ण करते हैं। मैं अपनी कहानी से बेटी करूंगा जो भी स्वागत छोटी जी रिक्वेस्ट होर करनी है कि वीडियो नू हुणे ही लाइक कर दो, ठीक है जी। और मैनू ए भी कमेंट करके देख दस्यो कि तुसी कित्थों इस वीडियो नू देख रहे हो, तुसी कित्थे दे रहन वाले हो। हुशियारपुर दे तां हुशियारपुर जरूर लिखियो। और ये स्पैशल वीडियो उन्हां लई हैगी है जिहड़े हुशियारपुर दे रहन वाले आ बट रहिंदे हुशियारपुर च नहीं, अबरोड हैगे आ या किसी
ਕੰਮਕਾਰਾਂ ਦੇ ਚੱਕਰ ਦੇ ਵਿੱਚ ਹੁਸ਼ਿਆਰਪੁਰ ਤੋਂ ਬਾਹਰ ਇੰਡੀਆ ਦੇ ਕਿਸੇ ਸਿਟੀ ਦੇ ਵਿੱਚ ਰਹਿੰਦੇ ਆ ਤਾਂ ਉਸ ਸਿਟੀ ਦਾ ਨਾਮ ਵੀ ਜ਼ਰੂਰ ਸਾਨੂੰ ਟਾਈਪ ਕਰਕੇ ਜ਼ਰੂਰ ਦੱਸਿਓ। ਛੋਟੀ ਜਿਹੀ ਮੇਰੀ ਬੇਨਤੀ ਹੈ, ਬਾਕੀ ਵੀਡੀਓ ਨੂੰ ਕਰੋ ਇੰਜੋਏ। ਆਪਣੀ ਵੀਡੀਓ ਇੱਥੇ ਹੀ ਖਤਮ ਹੁੰਦੀ ਹੈ। ਥੈਂਕ ਯੂ ਵੈਰੀ ਮੱਚ ਫੋਰ ਯੂਅਰ ਲਵ ਯੂਅਰ ਸਪੋਰਟ। ਤੁਸੀਂ ਇੱਥੇ ਤੱਕ ਆਇਓ, ਹੁਣ ਜੇ ਚੈਨਲ ਨਹੀਂ ਸਬਸਕ੍ਰਾਈਬ ਕੀਤਾ, ਰਿਕੁਐਸਟ ਹੀ ਹੈ ਮੇਰੀ, ਚੈਨਲ ਸਬਸਕ੍ਰਾਈਬ ਕਰ ਲਓ। ਬਾਕੀ ਮੈਂ ਇਹ ਗੱਲ ਕਹਾਂਗਾ, ਤੁਸੀਂ ਸਾਰੇ ਨਵੇਂ ਜਿਹੜੇ ਮੇਰੇ ਨਾਲ ਜੁੜੇ ਆ, ਹੁਸ਼ਿਆਰਪੁਰ 610 ਬਰਗਰ ਸਿਟੀ ਸੈਂਟਰ ਨੀਅਰ ਬੱਸ ਸਟੈਂਡ ਮੇਰੀ ਦੁਕਾਨ ਹੈ, ਠੀਕ ਹੈ ਜੀ। ਔਰ ਆਹ ਅਸੰਖ ਆ ਗਿਆ, ਮੈਂ ਇੱਥੇ ਪੈਣਾ। ਸੋ ਮੈਂ ਹੁਣ ਜਾ ਰਿਹਾ ਘਰ, ਠੀਕ ਹੈ ਜੀ। ਐਂਡ ਦੇ ਵਿੱਚ ਬਣਾਉਣ ਦਾ ਮੋਟੋ ਇਹੀ ਸੀਗਾ ਕਿ ਤੁਹਾਨੂੰ ਦੱਸ ਸਕਾਂ ਕਿ 610 ਬਰਗਰ ਬਾਰੇ, ਔਰ ਮੇਰੇ 100% ਆਇਲ ਫਰੀ ਬਰਗਰ ਹੁੰਦੇ ਆ। ਤੁਸੀਂ ਸਾਰੇ ਜਣੇ ਆਓ ਔਰ ਬਰਗਰ ਇੰਜੋਏ ਕਰੋ, 100% ਆਇਲ ਫਰੀ ਫੂਡ। ਓਕੇ, ਆ ਵਾਈ ਯੂ ਕਰਾਏ, ਵਾਈ ਯੂ ਕਰਾਏ, ਵਾਈ ਯੂ ਬੀਟਿੰਗ, ਕਿਉਂ ਮਾਰ ਰਿਹਾ ਮੰਮਾ ਨੂੰ ਬੇਟਾ? ਮੇਲਾ ਦਿਖਾ ਕੇ ਆਇਆ, ਤਾਂ ਮੇਲਾ ਦੇਖ ਕੇ ਆਇਆ ਜੀ। ਦੁਸ਼ਹਿਰਾ ਗਰਾਊਂਡ ਰਸ਼ ਬਹੁਤ ਸੀਗਾ, ਇਹਨੂੰ ਕੱਲ੍ਹ ਵਾਲੇ ਬਲੌਗ ਦੇ ਵਿੱਚ ਤੁਸੀਂ ਦੇਖ ਲਿਆ ਹੋਣਾ, ਲੈ ਗਏ ਸੀਗੇ, ਅੱਜ ਨਹੀਂ ਲੈ ਗਏ, ਅੱਜ ਇਹਨੂੰ ਕ੍ਰਾਫਟ ਬਾਜ਼ਾਰ ਲੈ ਕੇ ਗਏ ਕਿਉਂਕਿ ਉੱਥੇ ਰਸ਼ ਘੱਟ ਸੀਗਾ। ਔਰ ਮੈਂ ਇੱਕ ਛੋਟੀ ਜਿਹੀ ਰਿਕੁਐਸਟ ਕਰਾਂਗਾ ਕਿ ਜੇ ਦੁਸ਼ਹਿਰੇ ਦੇ ਵਿੱਚ ਜਾ ਰਹੇ ਹੋ ਨਾ, ਆਪ ਜਾਓ, ਬੱਚਿਆਂ ਨੂੰ ਲੈ ਕੇ ਜਾਣਾ ਅਵੋਇਡ ਹੀ ਕਰੋ, ਇੱਕ ਦੋ ਦਿਨ ਪਹਿਲਾਂ ਯਾਰ ਬਾਅਦ ਲੈ ਜਾਓ। ਸੋ ਥੈਂਕ ਯੂ ਵੈਰੀ ਮੱਚ, ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲੋ। ਬਾਏ ਬਾਏ, ਟੇਕ ਕੇਅਰ, ਖੁਸ਼ ਰਹੋ, ਜਿਉਂਦੇ ਵਸਦੇ ਰਹੋ, ਬਾਏ।